मोहाली दे मेयर अमरजीत सिद्धू दे इल्जाम ते मोहाली तो आप एमएलए कुलवंत सिंह ने भी जवाब दिता है। कुलवंत सिंह ने कहा कि अमरजीत ते बलबीर सिद्धू नू इल्जाम लाउन दी आदत है। उन्होंने कहा कि 15 काउंसलरां दे वल्लों अमरजीत सिद्धू खिलाफ जो शिकायत दी गई सी बिल्कुल सही है। जिक्र योग है कि बीते दिनी मुड़ तो अमरजीत सिद्धू मोहाली दे मेयर बने ने, जिन्हां विधायक कुलवंत सिंह ते इल्जाम लाए सन कि उन्हां नू हटा के विधायक खुद दे खेमे दा मेयर लाउणा चाहुंदे ने। ना ही उन्हां नू इल्जाम लाउण दी आदत है दोनों भरावां नू, ਉਦੋਂ ਬਿਨਾਂ ਉਹ ਕੁਛ ਨਹੀਂ ਕਰ ਰਹੇ ਹੈਗੇ, ਉਹ ਹਾਰ ਚੁੱਕੇ ਨੇ, ਉਹਨੂੰ ਪਤਾ ਬੁਰੀ ਤਰ੍ਹਾਂ ਹਰਾਇਆ ਲੋਕਾਂ ਨੇ ਉਹਨਾਂ ਨੂੰ। ਉਹਨਾਂ ਦੇ ਕੋਲ ਇਲਜ਼ਾਮ ਲਾਉਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਹੈ। ਜੋ ਵੀ ਹੋਇਆ ਜਿਹੜਾ ਵੀ ਕੀਤਾ ਸਰਕਾਰ ਨੇ ਕੀਤਾ, ਫੈਸਲਾ ਉਹਦੇ ਵਿਰੁੱਧ ਮੇਰਾ ਉਹਦੇ ਵਿੱਚ ਕੋਈ ਰੋਲ ਨਹੀਂ ਸੀ। ਸਰਕਾਰ ਵੀ ਤੁਹਾਡੀ ਹੈ, ਸਰਕਾਰ ਕਿਹੜਾ ਬਗਾਨੀ? ਨਹੀਂ, ਐਸੀ ਗੱਲ ਨਹੀਂ ਹੈਗੀ, ਸਰਕਾਰ ਆਪਣੇ ਲੈਵਲ 'ਤੇ ਕੰਮ ਕਰਦੀ ਹੈ, ਐਮ ਐਲ ਏ ਦਾ ਕੰਮ ਆਪਣਾ ਹੁੰਦਾ। ਤੋ ਸਰਕਾਰ ਨੇ ਆਪਣਾ ਕੰਮ ਕੀਤਾ, ਉਹਦੀ ਸ਼ਿਕਾਇਤ ਕੀ ਹੋਈ, ਸ਼ਿਕਾਇਤ ਦੇ ਵਿੱਚ ਪਾਇਆ ਗਿਆ ਦੋਸ਼ੀ ਸਰਕਾਰ ਦੇ ਸਾਹਮਣੇ, ਅਤੇ ਉਹਨੂੰ ਕਿਆ ਕਹਿੰਦਾ ਸਜ਼ਾ ਦੇ ਦਿੱਤੀ, ਅਤੇ ਹੁਣ ਹਾਈਕੋਰਟ ਵਾਂਗ ਜੋ ਹਾਈਕੋਰਟ ਨੇ ਉਹਨਾਂ ਨੂੰ ਸਟੇਅ ਦੇ ਦਿੱਤੀ, ਤੋ ਠੀਕ ਹੈ।